ਸਮਾਜ ਨੂੰ ਜਾਗਰੂਕ ਕਰਨ ਲਈ ਅੱਜ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਮੌਕ ਡਰਿੱਲ ਕਰਵਾਈ ਗਈ। ਇਸ ਦੌਰਾਨ ਆਰਜ਼ੀ ਤੌਰ ਉੱਤੇ ਅਮੋਨੀਆ ਗੈਸ ਲੀਕ ਹੋਣ ਦਾ ਨਾਟਕ ਵਿਖਾਇਆ ਗਿਆ ਤੇ ਬਚਾਅ ਕਾਰਜ ਚਲਾਇਆ ਗਿਆ। ਇਸ ਵਿੱਚ ਪੰਜਾਬ ਪੁਲਿਸ, NDRF ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੱਸਾ ਲਿਆ। ਇਸ ਮੌਕ ਡਰਿੱਲ ਵਿੱਚ ਖਾਸ ਤੌਰ ਉੱਤੇ ਅੱਗ ਬੁਝਾਊ ਅਮਲਾ, ਐਂਬੂਲੈਂਸ ਤੇ ਡਾਕਟਰਾਂ ਦੀ ਮਾਹਿਰ ਟੀਮਾਂ ਵੀ ਸ਼ਾਮਲ ਹੋਈਆਂ। ਦੱਸ ਦਈਏ ਕਿ ਇਸ ਵਿੱਚ ਅਮੋਨੀਆ ਗੈਸ ਲੀਕ ਹੋਣ ਬਾਰੇ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਦੱਸਿਆ ਗਿਆ। ਇਸ ਆਪਰੇਸ਼ਨ ਦੀ ਇੰਚਾਰਜ ਤੇ NDRF ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੌਕ ਡਰਿੱਲ ਕਰਵਾਉਣ ਪਿੱਛੇ ਉਹਨਾਂ ਦਾ ਮੁੱਖ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅੱਜ ਸਰਕਾਰ ਦੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦੀ ਪ੍ਰਵਾਨਗੀ ਤੋਂ ਬਾਅਦ ਅਸੀਂ ਇੱਕ ਮੌਕ ਡਰਿੱਲ ਕਰਾਈ ਹੈ ਵੇਰਕਾ ਮਿਲਕ ਪਲਾਂਟ 'ਚ, ਜਿਹਦੇ 'ਚ ਅਸੀਂ ਕੈਮੀਕਲ ਡਿਜ਼ਾਸਟਰ ਨੂੰ ਹਾਈਲਾਈਟ ਕੀਤਾ ਹੈਗਾ। ਇਹਦੇ 3 ਸਟੈਪ ਸੀ। ਪਹਿਲੇ ਅਸੀਂ ਕੋਆਰਡੀਨੇਸ਼ਨ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਟੇਬਲ ਟਾਕ ਸਾਰੇ ਡਿਪਾਰਟਮੈਂਟਸ ਨਾਲ ਕੀਤੀ ਹੈਗੀ ਅਤੇ ਅੱਜ ਅਸੀਂ ਮੌਕੇ 'ਤੇ ਵੇਰਕਾ ਮਿਲਕ ਪਲਾਂਟ 'ਚ ਅਮੋਨੀਆ ਲੀਕੇਜ ਦੀ ਮੌਕ ਡਰਿੱਲ ਕਰਾਈ ਹੈ। ਇਹਦੇ 'ਚ ਅਸੀਂ ਸਾਰੇ ਇੰਪੋਰਟੈਂਟ ਡਿਪਾਰਟਮੈਂਟਸ ਜਿਵੇਂ ਕਿ ਮੈਡੀਕਲ ਡਿਪਾਰਟਮੈਂਟ, ਫਾਇਰ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, NDRF, SDRF ਔਰ ਜਿੰਨੇ ਡਿਪਾਰਟਮੈਂਟਸ ਹੈਗੇ ਉਹਨਾਂ ਦੀ ਇਨਵੋਲਵਮੈਂਟ ਨਾਲ ਸਾਰਾ ਇਹ ਰੈਸਕਿਊ ਆਪਰੇਸ਼ਨ ਸਕਸੈਸਫੁਲ ਕੀਤਾ ਹੈਗਾ। ਅਬਾਊਟ 135 ਵਿਕਟਮ ਸੀ, ਜਿਨ੍ਹਾਂ 'ਚ ਹੁਣ 3 ਕੈਜੂਅਲਟੀਜ਼ ਮੈਡੀਕਲ ਆਫਿਸਰ ਨੇ ਰਿਪੋਰਟ ਕੀਤੀ ਹੈਗੀ ਹੈ। ਉਹਦੇ 'ਚ 22 ਇੰਜਰਡ, 53 'ਚੋਂ 22 ਅਸੀਂ ਹੋਸਪਿਟਲ 'ਚ ਭੇਜਦੇ ਹੈ ਅਤੇ ਬਾਕੀ 52 ਸਾਰੇ ਹੈਲਦੀ ਹੈਗੇ ਐਂਡ ਇਟ ਹੈਜ਼ ਬੀਨ ਅ ਸਕਸੈਸਫੁਲ ਆਪਰੇਸ਼ਨ। ਟ੍ਰੈਫਿਕ ਡਿਪਾਰਟਮੈਂਟ ਨੂੰ ਕਿਹਾ ਸੀ ਕਿ ਗ੍ਰੀਨ ਕੋਰੀਡੋਰ ਜਾਂ ਐਂਬੂਲੈਂਸ ਨੇ ਆਪਣੀ ਇਨੀਸ਼ੀਅਲ ਜਿੱਥੇ ਉਹਨਾਂ ਦਾ ਪੋਸਟ ਸੀ ਉੱਥੋਂ ਉਹ ਸਟਾਰਟ ਹੋਏ ਹੈ, ਜਾਂ ਫਿਰ ਫਾਇਰ ਬ੍ਰਿਗੇਡ ਹੈ, ਦੇ ਹੈਡ ਟੂ ਪ੍ਰੋਵਾਈਡ ਅ ਗ੍ਰੀਨ ਕੋਰੀਡੋਰ ਐਂਡ ਦੇ ਹੈਡ ਟੂ ਇਨਸ਼ੋਰ ਕਿ ਕਿਉਂਕਿ ਇਹ ਨੈਸ਼ਨਲ ਹਾਈਵੇ 'ਤੇ ਅਸੀਂ ਸਥਿਤ ਕਰ ਰਹੇ ਸੀ ਅਤੇ ਦੇ ਸ਼ੁੱਡ ਨੋਟ ਬੀ ਐਨੀ ਪੈਨਿਕ। ਪੁਲਿਸ ਨੂੰ ਹਦਾਇਤਾਂ ਸੀ ਕਿ ਉਹ ਕੋਈ ਵੀ ਪੈਨਿਕ ਨਾ ਕ੍ਰੀਏਟ ਹੋਣ ਦੇਣ ਪਬਲਿਕ 'ਚ ਅਤੇ ਇਮੀਡੀਏਟਲੀ ਪਬਲਿਕ ਨੂੰ ਰੋਕਣ ਇੱਧਰ ਆਉਣ ਤੋਂ, ਕਿਉਂਕਿ ਅਮੋਨੀਆ ਦੀ ਲੀਕੇਜ ਹੈਗੀ ਹੈ ਐਂਡ ਦੇਅਰ ਮੇ ਬੀ ਐਨੀ ਕੈਜੂਅਲਟੀ। ਐਸੀ ਟੀਮਾਂ ਇੱਦਾਂ ਹੈਗੀਆਂ ਕਿ ਕੋਈ ਵੀ ਇਸ ਮੌਕੇ 'ਤੇ ਸਾਨੂੰ ਚੀਜ਼ ਪ੍ਰੋਕਿਓਰ ਕਰਨ ਦੀ ਲੋੜ ਸੀ ਕਿਉਂਕਿ ਇਹ ਕੈਮੀਕਲ ਡਿਜ਼ਾਸਟਰ ਸੀ। ਜੇ ਕੋਈ ਹੋਰ ਡਿਜ਼ਾਸਟਰ ਹੁੰਦਾ ਹੈਗਾ ਤਾਂ ਸਾਨੂੰ ਇਕੁਇਪਮੈਂਟ ਜਿਵੇਂ ਕਿ JCB ਵਗੈਰਾ ਕੋਈ ਬਿਲਡਿੰਗ ਡਿੱਗਦੀ ਹੈਗੀ ਉਹਦੀ ਲੋੜ ਸੀ, ਪਰ ਇਸ 'ਚ ਇੰਨੀ ਸਾਨੂੰ ਇਕੁਇਪਮੈਂਟ ਦੀ ਲੋੜ ਨਹੀਂ ਪਈ। ਸਿਰਫ ਜਿਹੜੀ ਹੈਗੀ ਹੈ NDRF ਕੋਲ ਆਲਰੇਡੀ ਕੈਮੀਕਲ ਡਿਜ਼ਾਸਟਰ ਨੂੰ ਰਿਸਪੋਂਡ ਕਰਨ ਦੀ ਇਕੁਇਪਮੈਂਟ ਸੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।